ਇਸ ਵੇਲੇ ਦੀ ਅਹਿਮ ਖਬਰ ਜਿਮਨੀ ਚੋਣ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਜਲੰਧਰ ਜਿਮਨੀ ਚੋਣ ਜਿੱਥੇ ਕੀ ਕਾਂਗਰਸ ਨੂੰ ਇੱਕ ਵੱਡਾ ਝਟਕਾ ਅੱਜ ਲੱਗਿਆ ਹੈ ਦੱਸ ਦਈਏ ਕਿ ਰਾਣਾ ਗੁਰਜੀਤ ਦਾ ਭਤੀਜਾ ਰਾਣਾ ਹਰਦੀਪ ਰਾਣਾ ਹਰਦੀਪ ਸਿੰਘ ਅੱਜ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਸਰਦਾਰ ਪਗਵੰਤ ਸਿੰਘ ਮਾਨ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਉਂਦੇ ਹੋਏ ਅਤੇ ਉਹਨਾਂ ਨੂੰ ਜਿਹਾ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਤੋ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਰਹੇ ਹੋ ਕਿ ਇੱਕ ਵੱਡਾ ਝਟਕਾ ਇਹ ਕਾਂਗਰਸ ਦੇ ਲਈ ਹੈ ਜਿਮਨੀ ਚੋਣ ਤੋਂ ਪਹਿਲਾਂ ਜੇਕਰ ਜਿਮਨੀ ਚੋਣ ਦੀ ਸ਼ੁਰੂਆਤ ਦੀ ਗੱਲ ਕਰੀਏ ਜਦੋਂ ਤੋਂ ਹੀ ਜਿਮਨੀ ਚੋਣ ਅਨਾਉਂਸ ਕੀਤੀ ਗਈ ਸੀ ਉਦੋਂ ਤੋਂ ਹੀ ਕਾਂਗਰਸ ਦੇ ਵਿੱਚੋਂ ਵੱਡੀ ਸੇਂਦਮਾਰੀ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਜੇਕਰ ਸ਼ੁਰੂਆਤ ਦੀ ਗੱਲ ਕਰੀਏ ਤਾਂ ਸ਼ਸ਼ੀਲ ਕੁਮਾਰ ਰਿੰਕੂ ਜਿਹੜੇ ਕਿ ਜਿਮਨੀ ਚੋਣ ਦੇ ਲਈ ਉਮੀਦਵਾਰ ਨੇ ਉਹ ਵੀ ਕਾਂਗਰਸ ਦੇ ਵਿੱਚੋਂ ਹੀ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸੀ ਅਤੇ ਅਗਲੇ ਦਿਨ ਹੀ ਉਹਨਾਂ ਨੂੰ ਉਮੀਦਵਾਰ ਅਨਾਉਂਸ ਕਰ ਦਿੱਤਾ ਸੀ ਸੋ ਇਸ ਵੇਲੇ ਦੀ ਵੱਡੀ ਖਬਰ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਜਿਮਨੀ ਚੌਂਂ ਦੇ ਵਿੱਚ ਆਪਣੀ ਕਿਲੇਬੰਦੀ ਨੂੰ ਮਜ਼ਬੂਤ ਕਰਦੀ ਹੋਈ ਨਜ਼ਰ ਆ ਰਹੀ ਹੈ ਵੱਡੀ ਸੇਂਧਮਾਰੀ ਸੋ ਉਸ ਪਰਿਵਾਰ ਦੇ ਵਿੱਚ ਸੇਂਧਮਾਰੀ ਕੀਤੀ ਗਈ ਹੈ ਜਿਸ ਪਰਿਵਾਰ ਦਾ ਜਲੰਧਰ ਦੇ ਵਿੱਚ ਤੇ ਨਾਲ ਲੱਗਦੇ ਉਸ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਵੱਡਾ ਦਬਦਬਾ ਉਹ ਵਿਧਾਨ ਸਭਾ ਹਲਕੇ ਜਿਹੜੇ ਕੀ ਜਲੰਧਰ ਜਿਮਨੀ ਚੌਂ ਨੂੰ ਪ੍ਰਭਾਵਿਤ ਕਰਨਗੇ ਸੋ ਵੱਡੀ ਤੇ ਅਹਿਮ ਖਬਰ ਜਿਮਨੀ ਚੌਂ ਦੇ ਲਈ ਕਾਂਗਰਸ ਦੇ ਲਈ ਇੱਕ ਵੱਡਾ ਝਟਕਾ ਕਾਂਗਰਸ ਦੇ ਤਿਆਰੀਆਂ ਦੇ ਲਈ ਇੱਕ ਵੱਡਾ ਝਟਕਾ ਜਿੱਥੇ ਕੀ ਰਾਣਾ ਹਰਦੀਪ ਸਿੰਘ ਰਾਣਾ ਗੁਰਜੀਤ ਸਿੰਘ ਜੋ ਕਿ ਐਮਐਲਏ ਨੇ ਕਾਂਗਰਸ ਦੇ ਉਹਨਾਂ ਦਾ ਭਤੀਜਾ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਾ ਚੁੱਕੇ ਨੇ ਸੋ ਨਾਲ ਹੀ ਨਾਲ ਆਪਣੇ ਤੋਂ ਨਾਲ 200 ਤੋਂ ਵੱਧ ਆਪਣੇ ਸਾਥੀਆਂ ਨੂੰ ਵੀ ਲੈ ਕੇ ਉਹ ਪਾਰਟੀ ਦੇ ਵਿੱਚ ਗਏ ਨੇ ਜਿਵੇਂ ਕਿ ਵੱਡਾ ਘਟਾ ਇੱਕ ਵੱਡਾ ਘਟਾ ਅੱਜ ਕਾਂਗਰਸ ਦੇ ਲਈ ਕਿਉਂਕਿ ਇਹਨਾਂ ਵਰਕਰਾਂ ਦੇ ਵਿੱਚ ਜੋ ਵਰਕਰ ਉਹਨਾਂ ਦੇ ਨਾਲ ਗਏ ਨੇ ਰਾਣਾ ਹਰਦੀਪ ਦੇ ਨਾਲ ਜਿਨ੍ਹਾਂ ਨੇ ਸ਼ਮੂਲਤ ਕੀਤੀ ਆ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦੇ ਵਿੱਚੋਂ ਕਈ ਐਮਸੀ ਦੇ ਐਮਸੀਓ ਦੇ ਉੱਪਰ ਵੀ ਤਾਇਨਾਤ ਨੇ ਸੋ ਕਹਿ ਸਕਦੇ ਆ ਕਿ ਇੱਕ ਵੱਡਾ ਘਟਾ ਕਾਂਗਰਸ ਲਈ ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਰਣਨੀਤੀ ਦੀ ਆਮ ਆਦਮੀ ਪਾਰਟੀ ਲਗਾਤਾਰ ਵਿਉਂਤਬੰਦੀ ਦੇ ਨਾਲ ਜਿਮਨੀ ਚੌਣ ਨੂੰ ਲੜਨ ਦੀ ਤਿਆਰੀਆਂ ਦੇ ਵਿੱਚ ਹੈ ਕਿਉਂਕਿ ਸੰਗਰੂਰ ਜਿਮਨੀ ਚੌਣ ਜਿਸ ਨੂੰ ਕਿ ਆਮ ਆਦਮੀ ਪਾਰਟੀ ਦੀ ਰਾਜਧਾਨੀ ਕਿਹਾ ਜਾਂਦਾ ਸੀ ਉੱਥੇ ਉਹ ਥੋੜੇ ਫਰਕ ਦੇ ਨਾਲ ਆਪਣੀ ਸੀਟ ਨੂੰ ਹਾਰ ਗਏ ਸੀ ਲੇਕਿਨ ਹੁਣ ਜਲੰਧਰ ਜਿਮਨੀ ਚੌਣ ਦੇ ਵਿੱਚ ਉਹ ਆਪਣੀਆਂ ਤਿਆਰੀਆਂ ਨੂੰ ਪੁਖਤਾ ਕਰਦੇ ਨਜ਼ਰ ਆ ਰਹੇ ਨੇ ਹਰ ਰੋਜ਼ ਨਵੇਂ ਦਿਨ ਦੇ ਨਾਲ ਵੱਖ-ਵੱਖ ਪਾਰਟੀਆਂ ਦੇ ਵਿੱਚ ਸੇਧਮਾਰੀ ਕੀਤੀ ਜਾ ਰਹੀ ਹੈ ਪਹਿਲਾਂ ਗੱਲ ਸ਼ਸ਼ੀਲ ਕੁਮਾਰ ਰਿੰਕੂ ਦੀ ਕਰੀਏ ਕਾਂਗਰਸ ਦੇ ਵਿੱਚੋਂ ਲਿਆ ਕੇ ਕਿਉਂਕਿ ਵੱਡਾ ਜਨ ਆਧਾਰ ਸ਼ਸ਼ੀਲ ਕੁਮਾਰ ਰਿੰਕੂ ਦਾ ਸੀ ਜਲੰਧਰ ਏਰੀਆ ਦੇ ਵਿੱਚ ਉਹਨਾਂ ਨੂੰ ਕਾਂਗਰਸ ਚੋਂ ਲਿਆ ਕੇ ਉਮੀਦਵਾਰ ਅਨਾਉਂਸ ਕਰਨਾ ਉਸ ਤੋਂ ਬਾਅਦ ਬੀਜੇਪੀ ਦੇ ਗੜ ਦੇ ਵਿੱਚ ਸੇਧਮਾਰੀ ਕਰਦੇ ਹੋਏ ਚੁੰਨੀ ਲਾਲ ਭਗਤ ਦੇ بیٹے ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰਨਾ ਤੇ ਹੁਣ ਰਾਣਾ ਗੁਰਜੀਤ ਜਿਨ੍ਹਾਂ ਦਾ ਵੱਡਾ ਦਬਦਬਾ ਉਸ ਏਰੀਆ ਦੇ ਵਿੱਚ ਸ਼ਾਹਕੋਟ ਏਰੀਏ ਦੇ ਵਿੱਚ ਵੱਡਾ ਦਬਦਬਾ ਹੈ ਕਪੂਰਥਲਾ ਇਲਾਕੇ ਦੇ ਵਿੱਚ ਵੱਡਾ ਦਬਦਬਾ ਹੈ ਤੇ ਨਾਲ ਹੀ ਨਾਲ ਜਲੰਧਰ ਜਿਮਨੀ ਚੋਣ ਦੇ ਨਾਲ ਸਬੰਧਿਤ ਵਿਧਾਨ ਸਭਾ ਹਲਕਿਆਂ ਦੇ ਵਿੱਚ ਵੱਡਾ ਦਬਦਬਾ ਉਹਨਾਂ ਦੇ ਪਰਿਵਾਰ ਦੇ ਵਿੱਚ ਹੀ ਸਹਿੰਦਮਾਰੀ ਕੀਤੀ ਗਿਆ ਸੋ ਜਿੱਥੇ ਰਾਣਾ ਗੁਰਜੀਤ ਦੇ ਲਈ ਇੱਕ ਵੱਡੀ ਛੱਟ ਇਹ ਲੱਗੀ ਹੈ ਕਿਉਂਕਿ ਚੋਣ ਦੀ ਉਹਨਾਂ ਦੇ ਉੱਪਰ ਜ਼ਿੰਮੇਵਾਰੀ ਹੈ ਉਹਨਾਂ ਨੂੰ ਇਲੈਕਸ਼ਨ ਦੇ ਲਈ ਚੋਣ ਦੇ ਲਈ ਉਹਨਾਂ ਨੂੰ ਅੱਗੇ ਕੀਤਾ ਗਿਆ ਸੀ ਉੱਥੇ ਹੀ ਹੁਣ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਭਤੀਜੇ ਨੂੰ ਦੱਸ ਦिए ਕਿ ਰਾਣਾ ਹਰਦੀਪ ਮਹਿੰਦਰ ਸਿੰਘ ਰਾਣਾ ਦੇ ਬੇਟੇ ਨੇ ਜੋ ਕਿ ਭਤੀਜੇ ਨੇ ਰਾਣਾ ਗੁਰਜੀਤ ਸਿੰਘ ਦੇ ਸੋ ਕਾਂਗਰਸ ਲਈ ਇੱਕ ਵੱਡੀ ਸੱਟ ਵੱਡਾ ਝਟਕਾ ਜਿਮਨੀ ਚੋਣ ਤੋਂ ਪਹਿਲਾਂ ਅੱਜ ਉਹਨਾਂ ਦੀ ਸ਼ਮੂਲੀਅਤ ਰਾਣਾ ਹਰਦੀਪ ਸਿੰਘ ਦੀ ਸ਼ਮੂਲਤ ਆਮ ਆਦਮੀ ਪਾਰਟੀ ਦੇ ਵਿੱਚ ਤੇ ਨਾਲ ਹੀ ਨਾਲ 200 ਤੋਂ ਵੱਧ ਵਰਕਰ ਜਿਨ੍ਹਾਂ ਦੇ ਵਿੱਚ ਕਾਂਗਰਸ ਦੇ ਉਹ ਵਰਕਰ ਜਿਨ੍ਹਾਂ ਦੇ ਵਿੱਚ ਐਮਸੀਵੀ ਸ਼ਾਮਿਲ ਨੇ ਉਹ ਵੀ ਰਾਣਾ ਹਰਦੀਪ ਦੇ ਨਾਲ ਕਾਂਗਰਸ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਾ ਚੁੱਕੇ ਨੇ ਸੋ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਖੁਦ ਰਾਣਾ ਹਰਦੀਪ ਸਿੰਘ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਾਇਆ ਗਿਆ ਤੇ ਉਹਨਾਂ ਨੂੰ ਪਾਰਟੀ ਦੇ ਵਿੱਚ ਜੀ ਆਇਆਂ ਕਿਹਾ ਗਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਮਨੀ ਚੋਣ ਦੇ ਵਿੱਚ ਜਿਸ ਦੇ ਵਿੱਚ ਕੀ ਹੁਣ ਬਹੁਤ ਥੋੜੇ ਦਿਨ ਰਹਿ ਗਏ ਨੇ ਉਸ ਦੇ ਉੱਪਰ ਕਿੰਨਾ ਵੱਡਾ ਪ੍ਰਭਾਵ ਪਵੇਗਾ ਰਾਣਾ ਪਰਿਵਾਰ ਦੇ ਰਾਣਾ ਹਰਦੀਪ ਸਿੰਘ ਦੇ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਦੇ ਨਾਲ ਕਾਂਗਰਸ ਲਈ ਕਿੰਨਾ ਵੱਡਾ ਝਟਕਾ ਹੋਏਗਾ ਸੋ ਜਿਮਨੀ ਚੋਣ ਦੇ ਲਈ ਇਹ ਖਬਰਾਂ ਦੇ ਉੱਪਰ ਜ਼ਿਆਦਾ ਜਾਣਕਾਰੀ ਦੇ ਲਈ ਹੁਣ ਤੁਸੀਂ ਬਣੇ ਰਹੋ ਰੋਜ਼ਾਨਾ ਲੋਕਨਾਟ ਟੀਵੀ ਦੇ ਨਾਲ